ਵਾਲੇਕੁਮ ਜੀ। ਹਾਂਜੀ, ਸਭ ਭਾਈਆਂ ਦਾ ਕੀ ਹਾਲ ਚਾਲ ਆ ਜੀ? ਠੀਕ ਹੋ? ਲਓ ਭਾਈ ਜੀ, ਤਮਾਮ ਭਾਈ ਬੜੇ ਕਾਲਾਂ ਕਰ ਰਹੇ ਸੀ ਕਿ ਲੋ ਫਲੇਅਰ ਛੱਤਰੀ ਵਾਲੇ ਪੱਟੀ ਵਾਲੇ ਕਬੂਤਰ ਚਾਹੀਦੇ ਆ। ਠੀਕ ਹੈ ਜੀ, ਇਹ 10 ਪੀਸ ਆ। ਬਾਕੀ ਦੇ ਭਾਈਆਂ ਦਾ ਇੱਕ ਰਿਕੁਐਸਟ ਆ ਯਾਰ ਕਿ ਵੀਡੀਓ ਪੂਰੀ ਦੇਖਣੀ ਆ, ਵੀਡੀਓ ਪੂਰੀ ਦੇਖ ਕੇ ਗੱਲ ਪੂਰੀ ਸੁਣ ਕੇ ਉਸ ਤੋਂ ਬਾਅਦ ਰਾਬਤਾ ਕਰਨਾ। ਠੀਕ ਹੈ, ਤਮਾਮ ਭਾਈਆਂ ਦੇ ਅੱਗੇ ਰਿਕੁਐਸਟ ਆ। ਬਾਕੀ ਜਿੰਨੇ ਸਰਪਰ ਪੀਸ ਹੈ ਇਹ ਸਾਰੇ ਛੱਤਰੀ ਦੇ ਉੱਤੇ ਲੱਗੇ ਹੋਏ ਆ, ਕਾਲੇ ਰੰਗ ਦੇ ਛਾੜ 'ਤੇ। ਕਾਲੇ ਰੰਗ ਦਾ ਛਾੜ ਆ ਜਿਸ ਦੇ ਉੱਤੇ ਲੱਗੇ ਨੇ ਜਿਹੜੇ ਸਰਪਰ ਪੀਸ ਹੈ। ਬਾਕੀ ਵਿੱਚ ਜੋੜਿਆਂ ਵਾਲੇ ਵੀ ਆ। ਠੀਕ ਹੈ, ਇੱਕ ਇਹ ਕਬੂਤਰ ਜੋੜਿਆਂ ਵਾਲਾ ਵਾ। ਠੀਕ ਹੈ, ਬੜਾ ਕਬੂਤਰ, ਲੇਕਿਨ ਇੱਕ ਜੋੜੇ ਦਾ ਮੈਨੂੰ ਕਨਫਰਮ ਜਿਹੜਾ ਲੱਗਿਆ ਹੋਇਆ, ਇਹ ਮਾਦੀ ਹੈ, ਇਹ ਨਾਰਾ ਜੋੜਾ ਇਕੱਠਾ ਹੋ ਗਿਆ। ਇਹ ਨਰ ਇਹੀ ਹੈ, ਇਹ ਨਾਰਾ ਅਤੇ ਇਹ ਮਾਦੀ ਹੈ। ਠੀਕ ਹੈ, ਇਹਨੂੰ ਹਲਕਾ ਜਿਹਾ ਪੁਰਾਣਾ ਲਕਵਾ ਵਾ ਮਾਦੀ ਨੂੰ, ਲੇਕਿਨ ਪੁਰਾਣਾ ਲਕਵੇ ਦੇ ਵਿੱਚ ਕੋਈ ਭਾਈ ਲੈਣਾ ਚਾਹੇ ਬਿਸਮਿਲ੍ਲਾ, ਨਾ ਲੈਣਾ ਚਾਹੇ ਤਾਂ ਇਨਸ਼ਾਅੱਲਾ ਕੱਢ ਦਿਆਂਗੇ। ਅੰਡੇ ਬੱਚਿਆਂ ਦੀ ਗਰੰਟੀ ਆ, ਉਹ ਦੱਸ ਰਹੇ ਸੀ ਕਿ ਤਾਂ ਬਹੁਤ ਸੈੱਟ ਬੈਠਾ ਇਸ ਜੋੜੇ ਦਾ। ਠੀਕ ਹੈ, ਇਹ ਨਰ ਇਹ ਮਾਦੀ ਹੈ, ਇਹ ਟੌਂਕੇ ਹੈ, ਟੀਰੇ ਜਿਹਨਾਂ ਨੂੰ ਕਹਿੰਦੇ ਆ ਜੀ, ਟੌਂਕੇ ਟੀਰੇ। ਠੀਕ ਹੈ, ਇਹ ਮਾਦੀ ਅਤੇ ਇਹ ਨਰ। ਬਾਕੀ ਇਹ ਕਬੂਤਰ ਜੋੜਿਆਂ ਵਾਲਾ, ਬਾਕੀ ਜਿਹੜੇ ਸਰਪਰ ਕਬੂਤਰ ਆ ਉਹ ਸਾਰੇ ਕਾਲੇ ਰੰਗ ਦੇ ਛਾੜ ਦੇ ਉੱਤੇ ਲੱਗੇ ਹੋਏ ਆ। ਤਮਾਮ ਭਾਈਆਂ ਨੂੰ ਮੈਂ ਇਹਨਾਂ ਦੇ ਅੱਖ ਪਰ ਦਾ ਸਾਰ ਪੱਲੇ ਦਾ ਵੀ ਸ਼ੌਕ ਕਰਵਾ ਦਿੰਦਾ। ਠੀਕ ਹੈ ਜੀ, ਲੋਕੇਸ਼ਨ ਮੇਰੀ ਫੈਸਲਾਬਾਦ ਆ, ਕਾਰਗੋ ਆਲ ਪਾਕਿਸਤਾਨ ਆ। ਠੀਕ ਹੈ, ਲਓ ਬਾਈ ਜੀ, ਇਹ ਮੰਤਰ ਆ ਕਬੂਤਰ ਦੀ। ਠੀਕ ਹੈ ਜੀ, ਵੱਡਾ ਕਬੂਤਰ ਜੋੜਿਆਂ ਵਾਲਾ ਜੀ। ਠੀਕ ਹੈ, ਇਹ ਅੱਖ ਹੈ ਇਸ ਕਬੂਤਰ ਦੀ, ਇਹ ਪੰਜੇ ਨੇ ਇਹਦੇ, ਖੁਸ਼ਕ ਪੰਜੇ। ਠੀਕ ਹੈ ਜੀ, ਪੱਲਾ ਮਾਸ਼ਾਅੱਲਾ ਬਹੁਤ ਲੈਂਥੀ ਹੈ, ਦੇਖੋ ਮਾਸ਼ਾਅੱਲਾ ਪਾ, ਇਹ ਟੇਲ ਹੈ ਜੀ। ਠੀਕ ਹੈ ਜੀ, ਬਾਕੀ ਇਹ ਮੇਨ ਬੰਦਾ। ਅਤੇ ਪਹਿਲੇ ਮੈਂ ਜੋੜਿਆਂ ਦਾ ਸ਼ੌਕ ਕਰਵਾ ਰਿਹਾ, ਫਿਰ ਮੈਂ ਤੁਹਾਨੂੰ ਦੂਸਰੇ ਜਿਹੜੇ ਲੱਗੇ ਆ ਛਾੜ ਅਤੇ ਉਹਨਾਂ ਦਾ ਵੀ ਕਰਵਾ ਦਿੰਦਾ ਸ਼ੌਕ। ਠੀਕ ਹੈ ਜੀ, ਲਓ ਬਾਈ ਜੀ, ਇਹ ਦੂਸਰਾ ਕਬੂਤਰ ਆ, ਟੌਂਕਾ ਟੀਰਾ ਕਹਿ ਲਓ। ਠੀਕ ਹੈ ਜੀ, ਇਹ ਚਿੱਟਾ ਟੁੱਕ ਪੈਂਦਾ ਵਾ, ਇਹ ਦੀ ਮੇਨ ਬਣਤਰ ਆ ਕਬੂਤਰ ਦੀ, ਇਹ ਪੂਛਲ ਆ ਜੀ, ਇਹ ਕੱਟਿਆ ਹੋਇਆ ਵਾ। ਪਹਿਲੇ ਤੁਹਾਨੂੰ ਜੋੜਿਆਂ ਵਾਲੇ ਦਿਖਾ ਰਿਹਾ, ਬਾਅਦ ਮੈਂ ਦੂਸਰੇ ਦਿਖਾਉਂਦਾ। ਠੀਕ ਹੈ, ਇਹ ਸਾਰੇ ਕਬੂਤਰ ਭਾਅ ਜੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਲੰਬੀ ਹੱਡੀ ਅਤੇ ਬੰਦ ਜੋੜਦੇ ਆ ਸਾਰੇ। ਠੀਕ ਹੈ ਜੀ, ਲੰਬੀ ਹੱਡੀ ਅਤੇ ਬੰਦ ਜੋੜ, ਬਿਲਕੁਲ। ਲਓ ਬਾਈ ਜੀ, ਇਹ ਮਾਦੀ ਆ, ਉਹ ਟੀਰੇ ਕਬੂਤਰ ਨਾਲ ਲੱਗੀ ਹੋਈ, ਟੀਰੀ ਮਾਦੀ ਦੇ ਹੈਗਾ। ਬੰਤਰ ਦੇਖ ਲਓ ਮਾਦੀ ਦੀ, ਇਹ ਪੂਛ ਦੇਖ ਲਓ ਮਾਦੀ ਦੀ। ਠੀਕ ਹੈ ਜੀ, ਇਹ ਪੰਜੇ ਆ, ਕਹਿ ਰਹੇ ਸੀ ਕਿ ਤਾਂ ਬਹੁਤ ਸੈੱਟ ਬੈਠਾ ਇਸ ਜੋੜੇ ਦਾ, ਇਹ ਭਾਰ ਹੈ ਇਸ ਕਬੂਤਰੀ ਦੇ। ਇਹ ਫੜਿਆ ਬਸ ਮਹਿਸੂਸ ਹੁੰਦੀ ਆ ਹਲਕੀ ਜਿਹੀ, ਲੇਕਿਨ ਅੰਡੇ ਬੱਚਿਆਂ ਦੀ ਇਨਸ਼ਾਅੱਲਾ 100% ਗਰੰਟੀ। ਠੀਕ ਹੈ ਜੀ, ਅੰਡੇ ਬੱਚਿਆਂ ਦੀ 100% ਇਨਸ਼ਾਅੱਲਾ ਗਰੰਟੀ। ਲਓ ਬਾਈ, ਇਹ ਦੂਸਰੀ ਸਾਈਡ ਦਾ ਪੱਲਾ। ਲਓ ਬਾਈ ਜੀ, ਹੁਣ ਜਿਹੜੇ ਕਾਲੇ ਛਾੜ ਦੇ ਉੱਤੇ ਲੱਗੇ ਹੋਏ ਆ ਕਬੂਤਰ ਛੱਤਰੀ ਦੇ ਉੱਤੇ, ਸਭ ਤੋਂ ਪਹਿਲੇ ਆ ਸੁਰਖਾ ਕਬੂਤਰ ਆ। ਠੀਕ ਹੈ, ਇਹ ਅੱਖ ਹੈ ਇਹਦੀ, ਪਰ ਮਾਸ਼ਾਅੱਲਾ ਬੜੇ ਸ਼ਾਨਦਾਰ ਆ, ਪਰਾਂ ਦੇ ਅੰਦਰ ਵਾਲ ਬਰਾਬਰ ਵੀ ਗੈਪ ਨਹੀਂ ਹੈ, ਦੇਖੋ ਮਾਸ਼ਾਅੱਲਾ ਕੁੰਦਾ ਇਹਨਾਂ ਦਾ। ਠੀਕ ਹੈ ਜੀ, ਇਹ ਇਹਦੀ ਟੇਲ ਹੈ ਜੀ, ਅਤੇ ਉਸ ਤੋਂ ਬਾਅਦ ਜੀ ਇਹ ਇਹਦੇ ਪੰਜੇ ਆ। ਅਸਲ ਵੀਡੀਓ ਲੰਬੀ ਹੋ ਜਾਂਦੀ ਹੈ ਯਾਰ, ਇਸ ਕਰਕੇ ਨਾ। ਇਹ ਜੀ ਦੂਸਰੀ ਸਾਈਡ ਦਾ ਪੱਲਾ ਜੀ। ਠੀਕ ਹੈ ਜੀ, ਦੇਖੋ ਮਾਸ਼ਾਅੱਲਾ ਪਾ, ਇਹ ਕਹਿ ਮਾਦੀ ਆ ਜੀ, ਇਹ ਵੀ ਕਾਲੇ ਛਾੜ 'ਤੇ ਲੱਗੀ ਹੋਈ ਜੀ, ਇਹਦਾ ਪਾਰਾ ਜੀ ਇਨਸ਼ਾਅੱਲਾ ਬੰਦ ਜੋੜ, ਲੰਬੀ ਹੱਡੀ ਅਤੇ ਬਹੁਤ ਹੀ ਸ਼ਾਨਦਾਰ ਮਾਸ਼ਾਅੱਲਾ ਰਿਜ਼ਲਟ ਵਾਲੇ ਕਬੂਤਰ। ਦੇਖੋ ਮਾਸ਼ਾਅੱਲਾ ਇੱਕ ਜੈਸਾ ਪਾਰ, ਲੈਵਲ ਟ੍ਰਾਂਸਫਰ ਚੈੱਕ ਕਰੋ ਪਾਰਾਂ ਦੀ ਇੱਥੋਂ।
ਇਹ ਜੀ ਟੇਲ ਆ, ਇਹ ਪੰਜੇ ਆ, ਇਹ ਬੰਤਾਰਾ ਜੀ ਮੇਨ, ਠੀਕ ਹੈ ਜੀ। ਇਹ ਬਾਈ ਜੀ ਦੂਸਰੀ ਮਾਦੀ ਆ, ਅਤੇ ਦੋਨੇ ਭੈਣਾਂ ਸੀ ਉਹ ਦੱਸ ਰਹੇ ਸੀ, ਦੋਨੇ ਭੈਣਾਂ ਸੀਗੀਆਂ ਜਿੱਥੋਂ ਲੈ ਕੇ ਆਏ ਹਾਂ। ਇਹਦਾ ਪਾਰ ਦੇਖੋ ਮਾਸ਼ਾਅੱਲਾ, ਕਿਹਦਾ ਸ਼ਾਨਦਾਰ ਪਾਰ ਹੈਗਾ। ਇਹਦੀ ਟੇਲ ਬਿਲਕੁਲ ਬੰਦ, ਟੇਲ ਬੰਦ, ਜੋੜ ਲੰਬੀ, ਹੱਡੀ ਦੇਖੋ ਮਾਸ਼ਾਅੱਲਾ ਪਾਰ ਹੈ। ਕਾਲੇ ਰੰਗ ਦੇ ਛਾੜ ਦੇ ਉੱਤੇ ਲੱਗੇ ਹੋਏ ਆ ਜੇਠ ਦੇ ਅੱਸੂ ਦੇ ਉਹੜੇ ਉੜੇ ਕਬੂਤਰ ਆਏ। ਇੱਕ ਇਹ ਪੱਠੀ ਆ ਜਿਹਦਾ ਮਤਲਬ, ਹਾਂਜੀ ਇਹ ਪੱਠੀ ਆ, ਇੱਦਾਂ ਦਾ ਹੀ ਇੱਕ ਪੱਠਾ ਵਾ, ਇਹ ਵੀ ਭੈਣ ਭਰਾ ਵਾ ਦੋਨੇ ਜੀ। ਇਹ ਚੌਥੇ ਪੰਜਵੇਂ ਪਰ ਦੇ ਵਿੱਚ ਆ, ਇੱਕ ਦੋ ਤਿੰਨ ਚਾਰ ਪੰਜ ਛੇਵੇਂ ਪਰ 'ਚ ਆ ਜੀ, ਠੀਕ ਹੈ ਜੀ। ਦੇਖੋ ਮਾਸ਼ਾਅੱਲਾ ਪਾਰ, ਆਹ ਲਓ ਜੀ ਇਹ ਟੇਲ ਹੈ ਜੀ, ਅਤੇ ਉੱਪਰ ਰੁੱਕ ਜਾ, ਇਹ ਪੰਜੇ ਜੀ ਹੈ। ਇਹ ਭਾਈ ਜੀ ਉਹ ਪੱਠੀ ਦੇ ਨਾਲ ਦਾ ਪੱਠਾ ਬਿੱਲਾ, ਠੀਕ ਹੈ ਜੀ। ਇਹ ਦੋਨੇ ਭੈਣ ਭਰਾ ਵਾ, ਲਓ ਜੀ ਦੇਖੋ ਪਾਰ ਮਾਸ਼ਾਅੱਲਾ। ਇਹ ਢੇਰ ਆ ਜੀ, ਇਹ ਪੰਜੇ ਆ, ਇਹ ਵੀ ਪੱਠਾ ਜੀ, ਇੱਕ ਇਹ ਵੀ ਕਾਲੇ ਛਾੜ 'ਤੇ ਲੱਗਾ ਹੋਇਆ, ਇਹ ਪਾਰ ਆ ਜੀ, ਇਹ ਵੀ ਪੰਜਵੇਂ ਛੇਵੇਂ ਪਾਰ ਦੇ ਵਿੱਚ ਆ ਮੇਰਾ ਖਿਆਲ, ਠੀਕ ਹੈ ਜੀ। ਆਹ ਦੇਖੋ ਜੀ ਆਹ ਢੇਰ ਹੈ। ਲਓ ਭਾਈ ਜੀ ਮੈਂ ਸਾਰਾ ਸ਼ੋਅ ਕਰਵਾ ਦਿੱਤਾ ਵਾ ਅੱਖ ਪਰ ਦਾ ਵੀ, ਇਨਸ਼ਾਅੱਲਾ ਜਿਸ ਮੇਰੇ ਭਾਈ ਨੂੰ ਸਮਝ ਆਉਣ ਉਹ ਮੈਨੂੰ ਰਾਬਤਾ ਕਰ ਸਕਦਾ। ਕਾਰਗੋਵਾਲ ਪਾਕਿਸਤਾਨ, ਲੋਕੇਸ਼ਨ ਮੇਰੀ ਫੈਸਲਾਬਾਦ ਆ, ਠੀਕ ਆ ਜੀ। ਅਤੇ ਪ੍ਰਾਈਜ਼ ਆ ਜੀ 700 ਰੁਪਇਆ ਪਰ, ਕੋਈ 1000 ਨਹੀਂ, ਕੋਈ 1500 ਨਹੀਂ, 700 ਰੁਪਇਆ ਪਰ ਪੀਸ ਹੈ, ਠੀਕ ਆ ਜੀ। ਫੈਨਲ 'ਤੇ ਬਿਲਕੁਲ 700 ਰੁਪਇਆ ਪਰ ਪੀਸ ਹੈ। ਇਹ 10 ਪੀਸ ਆ ਭਾਈ ਜੀ, ਇਹਦੇ ਵਿੱਚ ਇੱਕ ਜੋੜਾ ਦਾ ਮੈਨੂੰ ਕਨਫਰਮ ਆ ਕਿ ਉਹ ਜਿਹੜਾ ਲੱਗਿਆ ਹੋਇਆ, ਬਾਕੀ ਦੂਸਰਿਆਂ ਦਾ ਨਹੀਂ ਮੈਨੂੰ ਪਤਾ ਹੈਗਾ, ਅਤੇ ਉਹ ਲੱਗੇ ਨਹੀਂ ਹੈਗੇ। ਅਤੇ ਜਿਹੜੇ ਸਰ ਪਰ ਪੀਸ ਆ, ਇਹਨਾਂ ਦੀ ਗਰੰਟੀ ਆ, ਇਨਸ਼ਾਅੱਲਾ ਇਹ ਇੱਕ ਛਾੜਦੇ ਆ, ਠੀਕ ਆ ਜੀ, ਕਾਲੇ ਰੰਗ ਦੇ। ਇਹ ਵੀ ਪੱਠੀ ਮਾਸ਼ਾਅੱਲਾ ਸੀ, ਬਹੁਤ ਅੱਛੀ ਹੋਈ ਆ, ਅੱਛੀ ਉੱਡੀ ਹੋਈ ਆ, ਪਤਾ ਨਹੀਂ ਪੱਠੀ ਆ ਜਾਂ ਪੱਠਾ ਵਾ, ਲੇਕਿਨ ਯੰਗ ਪੀਸ ਆ ਇਹ, ਠੀਕ ਹੈ ਜੀ। ਬਾਕੀ ਜਿਸ ਭਾਈ ਨੂੰ ਸਮਝ ਆਉਣਾ ਮੈਂ ਰਾਬਤਾ ਕਰ ਸਕਦਾ, ਵਟਸਐਪ ਕਰ ਸਕਦਾ, ਕਾਲ ਕਰ ਸਕਦਾ। 700 ਰੁਪਇਆ ਪਰ ਪੀਸ ਆ ਫਾਈਨਲ, 10 ਪੀਸ ਆ ਟੋਟਲ। ਕਾਰਗੋ ਦੇ ਪੈਸੇ ਅਲੱਗ ਨਾ ਹੋਣਗੇ, ਠੀਕ ਹੈ ਜੀ।